ਰੂਪੀ ਵੀਰੇ ਉਹਨਾਂ ਦੀ ਵੀ ਫੋਟੋ ਦਿਖਾਓ, ਇਹਨਾਂ ਦੇ ਨੰਬਰ ਤੇ ਭੇਜ ਦਿਓ ਭਾਰਦਵਾਜ ਜੀ, ਇਹਨਾਂ ਦੇ ਨੰਬਰ ਤੇ ਮੈਂ ਨੰਬਰ ਦੇ ਦਿੰਦਾ। ਰਵਿੰਦਰ ਸਿੰਘ ਜੀ, ਤੇ ਤੁਹਾਡੇ ਬੇਟੇ ਦਾ ਕੀ ਨਾਮ ਸੀ? ਹਸਨਪ੍ਰੀਤ ਸਿੰਘ। ਤੇ ਕੀ ਗੱਲ ਹੋਈ ਹੈ ਸਰ? ਕੀ ਗੱਲ ਹੋਣੀ ਸੀਗੀ ਜੀ, ਮੇਰੀ ਸੋ ਨੋ ਪ੍ਰੈਗਨੈਂਟ ਸੀ, ਉਹਦੀ ਸੱਸ ਨੇ ਉਹਦੀ ਉਹ ਕਰਾਈ ਸਫਾਈ, ਉਹ ਕਹਿੰਦੀ ਬੱਚਾ ਨਹੀਂ ਹੋਣ ਦੇਣਾ, ਮੇਰੀ ਬੇਟੀ ਪਹਿਲਾਂ ਕੈਨੇਡਾ ਜਾਊਗੀ ਫਿਰ ਬੱਚਾ ਹੋਣ ਦਊਂਗੀ। ਹਾਲੇ ਪਾਸਪੋਰਟ ਨਹੀਂ ਸੀ ਆਇਆ, ਕੁਛ ਨਹੀਂ ਸੀ ਆਇਆ, ਪਾਸਪੋਰਟ ਦੀ ਇਨਕੁਆਇਰੀ ਉਦੋਂ ਬਾਅਦ ਆਈ ਹੈ ਜਿੱਦਣ ਉਹਨਾਂ ਨੇ ਕਿਹਾ ਵੀ ਸਾਡੇ ਬੇਟੀ ਨੇ ਬਾਹਰ ਜਾਣਾ, ਉਦੋਂ ਦੂਏ ਦਿਨ ਵੀ ਪਾਸਪੋਰਟ ਦੀ ਇਨਕੁਆਇਰੀ ਸੀਗੀ, ਪਾਸਪੋਰਟ ਦੀ ਇਨਕੁਆਇਰੀ ਕਰਾਉਣ ਆਈ ਹੈ ਉੱਥੋਂ ਕੁੜੀ, ਚੰਗਾ ਭਲਾ ਮੁੰਡਾ ਛੱਡ ਗਿਆ ਆ ਉਦਣ ਨੇ, ਬਹੁਤ ਸ਼ਾਮ ਨੂੰ ਟਾਈਮ ਹਨੇਰੀ ਬਹੁਤ ਆਈ ਹੈ, ਹਨੇਰੀ ਦੇ ਵਿੱਚ ਮੁੰਡੇ ਨੂੰ ਉਹਨਾਂ ਨੇ ਰੱਖਿਆ ਵੀ ਨਹੀਂ, ਉੱਥੇ ਵੀ ਦੂਰੇ ਰਹਿ ਜਾ, ਰਾਤ ਨੂੰ ਵਾਪਸ ਆ ਗਿਆ ਹਨੇਰੀ ਦੇ ਵਿੱਚ। ਮੈਨੂੰ ਬਹੁਤ ਡਰ ਸੀ ਵੀ ਕਿਤੇ ਬੱਚਾ ਮੇਰਾ ਰਾਹ ਦੇ ਵਿੱਚ ਗੱਡੀ ਦੇ ਉੱਤੇ ਦਰਖਤ 'ਤੇ ਨਾ ਡਿੱਗ ਜਾਵੇ ਵੀ ਕਿਤੇ ਹੋਰ ਨਾ ਗਲ ਜਾਵੇ, ਐਂ ਨਹੀਂ ਪਤਾ ਇਹਨਾਂ ਨੇ ਨਵਾਂ ਚੰਦ ਚਾੜ ਦੇਣਾ। ਰਾਤ ਨੂੰ ਬੇਟੇ ਨੂੰ ਬਹੁਤ ਟੋਰਚਰ ਕੀਤਾ, ਆਪਣਾ ਮੈਂ ਤਲਾਕ ਲੈਣਾ, ਮੈਂ ਤਲਾਕ ਲੈਣਾ, ਮੈਂ ਨਹੀਂ ਰਹਿਣਾ, ਮੈਂ ਤਾਂ ਕੈਨੇਡਾ ਜਾਣਾ, ਮੈਂ ਤਾਂ ਬਸ ਮੇਰਾ ਤਾਂ ਘਰ ਪੜ ਪਿਆ। ਹਾਂਜੀ ਉਹ ਹੈਗੀ ਸੀ ਦਾਊ ਮਾਚ ਸਮਨ ਕੋਈ ਮੁੰਡਾ ਜੀ, ਉਹਦੇ ਰਿਲੇਸ਼ਨਸ਼ਿਪ ਸੀ। ਹਾਂਜੀ ਉਹਦਾ ਵੀ ਨਾਮ ਉਹਨੇ, ਬਾਕੀ ਮੈਨੂੰ ਇੰਨਾ ਪਾਉਂਦਾ ਨਹੀਂ, ਮੋਬਾਈਲ ਦੇ ਵਿੱਚ ਉਹਨੇ ਸਾਰਾ ਕੁਛ ਇਕੱਲਾ ਇਕੱਲਾ ਆਪਣਾ ਪਾਇਆ ਜੀ, ਮੇਰੇ ਨਾਲ ਕੁਛ ਹੋ ਰਿਹਾ, ਮੈਨੂੰ ਕੀ ਮੰਗਾ ਉਹਨੇ ਵੀ ਉਹਨਾਂ 'ਤੇ ਕਾਰਵਾਈ ਹੋਵੇ ਜੀ, ਜਿਵੇਂ ਮੇਰਾ ਜਵਾਕ ਤੜਫਾ ਕੇ ਮਾਰਿਆ, ਖਬਰਾਂ ਕਿਹੜੇ ਹਾਲਾਤੀ ਮਾਰਿਆ, ਉਹਨੇ ਮਰਨੇ ਚਾਹੀਦੇ ਨੇ ਉਹ। ਹਾਂਜੀ ਕੀ ਨਾਮ ਆ ਤੁਹਾਡਾ, ਕਿਹੜਾ ਪਿੰਡ? ਜਗਰੂਪ ਸਿੰਘ ਆ ਜੀ, ਬਗਲੀ ਕਲਾ ਪਿੰਡ ਆ ਜੀ। ਅੱਜ ਥਾਣੇ ਪਹੁੰਚੋ ਕੱਠ ਕੀ ਆ ਮਾਮਲਾ? ਹਾਂਜੀ ਸਾਡਾ ਭਰਾ ਹੈ ਛੋਟਾ ਫੁੱਲਪ੍ਰੀਤ, ਉਹਨੇ ਸਹੁਰਿਆਂ ਤੋਂ ਤੰਗ ਹੋ ਕੇ, ਸਹੁਰਿਆਂ ਨੇ ਬੜਾ ਪਰੇਸ਼ਾਨ ਕੀਤਾ, ਉਹਦੀ ਘਰਵਾਲੀ ਨੇ ਅਤੇ ਸਹੁਰੇ ਪਰਿਵਾਰ ਨੇ, ਉਹਨੇ ਸੁਸਾਈਡ ਕਰ ਲਿਆ। ਉਹਨੇ ਨੋਟ ਲਿਖਿਆ ਵੀ ਕਾਰਵਾਈ ਹੋਵੇ ਪ੍ਰੋਪਰ, ਉਹਦੇ ਲਈ ਸਾਰਾ ਪਿੰਡ ਉਰੇ ਇਕੱਠਾ ਹੋ ਕੇ ਆਇਆ। ਅਤੇ ਕੀ ਕਾਰਨ ਕੀ ਬਣਿਆ ਜਿਹੜਾ ਸੁਸਾਈਡ ਦਾ? ਕਾਰਨ ਉਹਦਾ ਸਹੁਰਾ ਪਰਿਵਾਰ ਉਹਨੂੰ ਤੰਗ ਕਰ ਰਿਹਾ ਸੀਗਾ, ਤਾਨੇ ਮਿਹਣੇ ਮਾਰਦਾ ਸੀ ਵੀ ਬਾਹਰ ਜਾਣ ਲਈ ਵੀ ਮਜਬੂਰ ਕਰਦਾ ਸੀ ਉਹਨੂੰ, ਤੂੰ ਬਾਹਰ ਜਾ। ਉਹਦੇ ਲਈ ਵੀ ਤਿਆਰ ਸੀ, ਸਾਰਾ ਪ੍ਰੋਸੈਸ ਹੋ ਰਿਹਾ ਸੀ, ਪਰ ਪਤਾ ਨਹੀਂ ਕੀ ਗੱਲ ਆ ਜ਼ਿਆਦਾ ਹੀ ਉਹਨਾਂ 'ਤੇ ਪ੍ਰੈਸ਼ਰ ਪਾਇਆ, ਬਾਕੀ ਅਸੀਂ ਸਾਰੀ ਡਿਟੇਲ ਦੇ ਦਿੱਤੀ ਹੈ, ਠੀਕ ਹੈ ਨਾ ਐਸ ਐਚ ਓ ਸਾਹਿਬ ਨੂੰ ਸਭ ਕੁਝ। ਸੁਸਾਈਡ ਨੋਟ 'ਚ ਕੀ ਲਿਖਿਆ? ਸੁਸਾਈਡ ਨੋਟ ਦੇ ਵਿੱਚ ਉਹਨੇ ਇਹੀ ਲਿਖਿਆ ਕਿ ਮੇਰੀ ਘਰਵਾਲੀ, ਮੇਰਾ ਸਹੁਰਾ, ਮੇਰੀ ਸੱਸ, ਮੇਰਾ ਸਾਲਾ, ਇਹ ਸਾਰੇ ਮੈਨੂੰ ਬੁਲਾਉਂਦੇ ਨੇ ਪਹਿਲਾਂ ਉੱਥੇ ਪਿਆਰ ਨਾਲ ਬੁਲਾ ਕੇ, ਫਿਰ ਮੈਨੂੰ ਜਲੀਲ ਕਰਦੇ ਨੇ, ਅਤੇ ਘਰਵਾਲੀ ਉੱਥੇ ਲੈ ਗਏ ਉਹਦੀ, ਅਤੇ ਉਹ ਲੜਕੀ ਨੂੰ ਵੀ ਉੱਥੇ ਰੱਖੀ ਬੈਠੇ ਨੇ, ਪਰਿਵਾਰ ਵੀ ਗਿਆ ਉਹਨਾਂ ਨੇ ਭੇਜੀ ਨਹੀਂ। ਕਿੰਨੀ ਦੇਰ ਹੋਈ ਵਿਆਹ ਨੂੰ? ਤਕਰੀਬਨ 3 ਕੁ ਮਹੀਨੇ ਹੋਏ ਜੀ। 26 ਸਾਲ ਦੀ ਉਮਰ ਹੈ। ਸੁਸਾਈਡ ਨੋਟ ਪੁਲਿਸ ਨੂੰ ਬਰਾਮਦ ਕਰ ਲਿਆ ਜੀ? ਹਾਂਜੀ ਹਾਂਜੀ, ਉਹਨੇ ਸੁਸਾਈਡ ਨੋਟ ਦੇ ਦਿੱਤਾ ਹੈ ਪੁਲਿਸ ਨੂੰ ਜੀ। ਇਹਦੇ ਵਿੱਚ ਕੋਈ ਅਬੋਰਸ਼ਨ ਦਾ ਚੱਕਰ? ਹਾਂਜੀ ਹਾਂਜੀ, ਉਹ ਲੜਕੀ ਪਹਿਲਾਂ ਪ੍ਰੈਗਨੈਂਟ ਸੀਗੀ ਅਤੇ ਲੜਕੀ ਦੇ ਮਾਂ ਬਾਪ ਨੇ ਉਹਨੂੰ ਉੱਥੇ ਸੱਦ ਕੇ
ਉਹਦੇ ਇੰਜੈਕਸ਼ਨ ਵਗੈਰਾ ਲਗਾਏ ਜਿਹਦੇ ਕਰਕੇ ਉਹ ਵਾਸ਼ ਹੋ ਗਿਆ। ਮਾਮਲਾ ਜੀ ਇੱਕ ਤਾਂ ਲੜਕੀ ਦੇ ਬਾਪ ਤੇ ਹੈ, ਮਾਂ ਤੇ ਹੈ, ਲੜਕੀ ਦੇ ਭਰਾ ਤੇ ਹੈ। ਗ੍ਰਿਫਤਾਰੀ ਕਿੰਨੇ ਦੀ? ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੈ ਅਜੇ ਤੱਕ। ਹਾਂਜੀ ਸਰ, ਇੱਕ ਮਾਮਲਾ ਸਾਹਮਣੇ ਆਇਆ ਸੁਸਾਈਡ ਦਾ, ਕੀ ਮਾਮਲਾ ਹੈ ਪੂਰਾ ਜੀ? ਇਹ ਪਿੰਡ ਬਗਲੀ ਕਲਾਂ ਦਾ ਸੀਗਾ, ਹਰਸ਼ਨਪ੍ਰੀਤ ਸਿੰਘ, 27 ਸਾਲ ਦੀ ਉਮਰ ਸੀ ਮੁੰਡੇ ਦੀ। ਉਹਨੇ ਸੁਸਾਈਡ ਕਰ ਲਿਆ ਸੀਗਾ, ਉਹਨੂੰ ਉਹਦਾ ਸਹੁਰਾ ਪਰਿਵਾਰ ਤੰਗ ਕਰਦਾ ਸੀਗਾ ਅਤੇ ਉਹਦਾ ਸੁਸਾਈਡ ਨੋਟ ਪ੍ਰਾਪਤ ਕਰਕੇ ਮੁਕੱਦਮਾ ਦਰਜ ਕਰ ਦਿੱਤਾ। ਦੋਸ਼ੀਆਂ ਨੂੰ ਫੜਨ ਲਈ ਜਿਹੜੇ ਟੀਮਾਂ ਭੇਜੀਆਂ ਹੋਈਆਂ ਨੇ, ਛਾਪੇਮਾਰੀ ਕੀਤੀ ਜਾ ਰਹੀ ਹੈ। ਕਿੰਨੇ ਵਿਅਕਤੀਆਂ ਦੇ ਮਾਮਲਾ ਦਰਜ ਕੀਤੇ ਗਏ? 4। ਜਿਵੇਂ ਜਿਵੇਂ ਰਿਕਾਰਡ ਮਿਲਦਾ ਜਾਊਗਾ ਤਾਂ ਉਦਾਂ ਹੀ ਉਹਦਾ ਅਗਲੀ ਕਾਰਵਾਈ ਕਰਦੀ ਜਾਊਗੀ। ਸਰ, ਕਿਸੇ ਦੀ ਗ੍ਰਿਫਤਾਰੀ ਹੋਈ ਹੈ ਜੀ? ਫਿਲਹਾਲ ਛਾਪੇ ਮਾਰੀ ਜਾ ਰਹੀ ਹੈ ਜੀ।